ਸਰਦਾਰ ਅਜਮੇਰ ਸਿੰਘ ਜੀ, ਜਿਹੜਾ ਦਿੱਲੀ ਦੇ ਵਿੱਚ ਚੋਣਾਂ ਦਾ ਆਇਆ ਨਤੀਜਾ, ਖਾਸ ਕਰਕੇ ਆਮ ਆਦਮੀ ਪਾਰਟੀ ਦੀ ਇੱਕ ਐਡੀ ਵੱਡੀ ਜਿੱਤ ਹੋਈ ਆ, 70 ਦੇ ਵਿੱਚੋਂ 67 ਸੀਟਾਂ ਵਿਰੋਧੀ ਧਿਰੀ ਖਤਮ ਹੋ ਗਈ, ਖਾਸ ਕਰਕੇ ਬੀਜੇਪੀ ਦੇ ਕਿਤੇ ਵੱਡੇ ਚੜ੍ਹਾਅ ਦੇ ਵਿੱਚੋਂ ਇੰਨੀ ਕਹਿ ਸਕਦੇ ਹਾਂ ਵੀ ਸ਼ਰਮਨਾਕ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ, ਤੁਸੀਂ ਇਸ ਸਾਰੇ ਨਤੀਜੇ ਨੂੰ, ਇਸ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਕਾਫੀ ਗੁੰਝਲਦਾਰ ਹੈ ਮਾਮਲਾ। ਇਹਨੂੰ ਆਪਾਂ ਕੋਈ ਇੱਕ ਗੱਲ ਲੈ ਕੇ ਕਿਸੇ ਇਹੋ ਜਿਹੇ ਨਤੀਜੇ 'ਤੇ ਪਹੁੰਚ ਜਾਈਏ ਜਿਵੇਂ ਕਿ ਕੁਛ ਲੋਕ ਪਹੁੰਚ ਰਹੇ, ਜਿਵੇਂ ਇਹ ਕਿਹਾ ਜਾ ਰਿਹਾ ਕਿ ਹੁਣ ਇਹਨਾਂ ਚੋਣਾਂ ਨੇ ਦਿਖਾਤਾ ਵੀ ਹਿੰਦੁਸਤਾਨ 'ਚ ਹਿੰਦੂ ਧਰਮ ਦਾ ਕੋਈ ਸਕੋਪ ਨਹੀਂ ਜਾਂ ਆਧਾਰ ਨਹੀਂ। ਹਾਂਜੀ। ਅਤੇ ਜੇ ਆਪਾਂ ਦੇਖੀਏ ਵੀ ਇਸ ਤੋਂ ਥੋੜ੍ਹਾ ਚਿਰ ਪਹਿਲਾਂ ਹੀ ਮਹਾਰਾਸ਼ਟਰ 'ਚ ਵੀ ਚੋਣ ਹੋਈ ਹੈ, ਝਾਰਖੰਡ 'ਚ ਹੋਈ ਹੈ, ਜੰਮੂ 'ਚ ਹੋਈ ਹੈ, ਹਰਿਆਣੇ 'ਚ ਹੋਈ ਹੈ, ਵੀ ਹਰ ਜਗ੍ਹਾ ਦੇ ਉੱਤੇ ਬੀਜੇਪੀ ਨੇ ਉਹ ਹਿੰਦੂ ਧਰਮ ਦੇ ਆਧਾਰ 'ਤੇ ਆਪਣੀਆਂ ਵੋਟਾਂ ਹਾਸਲ ਕੀਤੀਆਂ। ਸੋ ਇਹ ਤੋਂ ਮਤਲਬ ਕੋਈ ਇਸ ਤਰ੍ਹਾਂ ਦਾ ਜਿਹੜਾ ਕਾਹਲੀ ਦੇ ਵਿੱਚ ਜਿਹੜਾ ਬੰਦੇ ਦਾ ਜੀ ਕਰਦਾ ਹੁੰਦਾ ਜਿਹੋ ਜਿਹਾ, ਉਸ ਤਰ੍ਹਾਂ ਦੇ ਕਾਹਲੇ ਨਿਰਣੇ, ਜਨਰਲ ਨਿਰਣੇ ਕੱਢ ਲੈਣੇ, ਇਹ ਬਹੁਤੇ ਠੀਕ ਨਹੀਂ। ਇਹਨੂੰ ਬਿਲਕੁਲ ਹੀ ਆਪਦੀ ਇੱਕ ਵਿਸ਼ੇਸ਼ਤਾ ਦੇ ਵਿੱਚ, ਜਿਹੜੀ ਦਿੱਲੀ ਦੀ ਚੋਣ ਹੈ ਇਹਦੀ ਇੱਕ ਆਪਦਾ ਕੋਈ ਵਿਸ਼ੇਸ਼ ਸੰਦਰਭ ਹੈ, ਉਹ ਵਿਸ਼ੇਸ਼ਤਾ ਕੀ ਹੈ ਉਹਨੂੰ ਥੋੜ੍ਹਾ ਬੁੱਝਣ ਦੀ ਲੋੜ ਹੈ। ਅਤੇ ਉਹਦੇ ਬਾਰੇ ਕਾਫੀ ਵਿਦਵਾਨਾਂ ਨੇ, ਟਿੱਪਣੀਕਾਰਾਂ ਨੇ ਜਾਂ ਕਾਲਮ ਨਵੀਸਾਂ ਨੇ ਪਿਛਲੇ  3-4 ਦਿਨਾਂ ਤੋਂ ਕਾਫੀ ਲੇਖ ਲਿਖੇ ਨੇ, ਅਤੇ ਕਿਸੇ ਤੋਂ ਕੋਈ ਸਾਨੂੰ ਇਨਸਾਈਟ ਮਿਲ ਸਕਦੀ ਹੈ, ਕਿਸੇ ਤੋਂ ਕੋਈ ਮਿਲ ਸਕਦੀ ਹੈ। ਸੋ ਜਿਵੇਂ ਗੁਰਪ੍ਰੀਤ ਮਹਾਜਨ ਹੈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ, ਉਹ ਕਹਿੰਦੀ ਵੀ ਅਨਐਕਸਪੈਕਟਡ ਰਿਜ਼ਲਟ ਆਇਆ ਬਿਲਕੁਲ, ਅਤੇ ਜਿਹਦੇ ਕਰਕੇ ਕਈ ਬੰਦੇ ਇਹ ਕਹਿ ਰਹੇ ਨੇ ਵੀ ਇਹਦੀ ਕੋਈ ਵਿਆਖਿਆ ਨਹੀਂ ਹੋ ਸਕਦੀ। ਉਹ ਕਹਿੰਦੀ ਵੀ ਅਨਐਕਸਪੈਕਟਡ ਦਾ ਮਤਲਬ ਇਹ ਨਹੀਂ ਉਹਦੀ ਵਿਆਖਿਆ ਨਹੀਂ ਹੋ ਸਕਦੀ, ਵੀ ਜਿਹੜਾ ਪਹਿਲਾਂ ਸਾਡੇ ਕਿਸੇ ਕਿਆਸ 'ਚ ਨਹੀਂ ਆਇਆ, ਹੁਣ ਜਦੋਂ ਵਾਪਰ ਗਿਆ ਤਾਂ ਅਸੀਂ ਉਹਨੂੰ ਸਮਝ ਸਕਦੇ ਹਾਂ ਵੀ ਇਹ ਗੱਲ ਕੀ ਵਾਪਰੀ। ਸੋ ਯਤਨ ਹੋ ਰਹੇ ਨੇ ਹਰ ਕਿਸਮ ਦੇ ਮਤਲਬ ਬੁੱਧੀਜੀਵੀਆਂ ਵੱਲੋਂ, ਵਿਦਵਾਨਾਂ ਵੱਲੋਂ ਜਾਂ ਜਿੰਨੇ ਸਮਾਜ ਵਿਗਿਆਨੀ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਮੈਨੂੰ ਇਹ ਲੱਗਦਾ ਕਿ ਮੈਨੂੰ ਇਹ ਦੋ ਗੱਲਾਂ ਇਹਦੇ ਵਿੱਚ ਜਿਹੜੀਆਂ, ਜਿਹੜਾ ਸ਼ਿਵ ਵਿਸ਼ਵਾਨਾਥਨ ਦਾ ਇੱਕ ਲੇਖ ਹੈ, ਹਾਂਜੀ, ਉਹ ਕਹਿੰਦਾ ਵੀ ਜਿਹੜੀ ਜਿਸ ਕੈਟੇਗਰੀ ਦੇ ਵਿੱਚ ਸਾਡੇ ਸੋਸ਼ਲ ਸਾਇੰਸਿਸ ਦੇਖਦੇ ਆ ਸਾਰੀਆਂ ਘਟਨਾਵਾਂ, ਲੋਕਾਂ ਨੇ ਉਹ ਕੈਟੇਗਰੀਜ਼ ਬਦਲ ਦਿੱਤੀਆਂ। ਲੋਕ ਆਮ ਤੌਰ 'ਤੇ ਕੀ ਹੁੰਦਾ ਵੀ ਮਟੀਰੀਅਲ ਗੇਣ ਵਾਸਤੇ ਲੋਕ ਕੁਛ ਆਪਦੇ ਵੋਟ ਪਾਉਂਦੇ, ਜਿਵੇਂ ਕਿਹਾ ਜਾ ਰਿਹਾ ਉੱਥੇ ਬਿਜਲੀ ਪਾਣੀ ਦਾ ਮਸਲਾ, ਅਤੇ ਜਿਹਦੇ 'ਚੋਂ ਫਿਰ ਬਾਕੀ ਥਾਵਾਂ 'ਤੇ ਲੋਕਾਂ ਨੂੰ ਇੱਕ ਟੈਂਪਟੇਸ਼ਨ ਹੋ ਜਾਂਦੀ ਹੈ ਵੀ ਜੇ ਅਸੀਂ ਵੀ ਲੋਕਾਂ ਦੇ ਇਸ ਕਿਸਮ ਦੇ ਮਸਲੇ ਚੁੱਕੀਏ ਤਾਂ ਇਹ ਵੋਟ ਸਾਨੂੰ ਵੀ ਮਿਲ ਜਾਂਦੀ ਹੈ, ਪਰ ਇਸ ਕਿਸਮ ਦੀ ਟੈਂਪਟੇਸ਼ਨ ਅਕਸਰ ਹੋ ਜਾਂਦੀ ਹੈ। ਉਹ ਕਹਿੰਦਾ ਵੀ ਨਹੀਂ, ਇੱਥੇ ਮੋਰਲ ਕੈਟੇਗਰੀ ਜਿਹੜੀ ਹੈ ਉਹ ਵਰਕ ਕੀਤੀ ਹੈ, ਵੀ ਲੋਕਾਂ ਨੂੰ ਕਿਤੇ ਇਹ ਲੱਗਿਆ ਵੀ ਜੋ ਕੁਛ ਬੀਜੇਪੀ ਕਰ ਰਹੀ ਹੈ ਇਹ ਬਹੁਤ ਜ਼ਿਆਦਤੀ ਅਤੇ ਧੱਕਾ ਹੈ, ਕਿਉਂਕਿ ਇੱਕ ਹਿਊਮਨ ਨੇਚਰ ਇਹ ਵੀ ਹੈ ਨਾ ਵੀ ਉਹ ਇਨਸਾਫ ਚਾਹੁੰਦੇ, ਕਿਤੇ ਨਾ ਕਿਤੇ ਅੰਦਰ ਹਿਊਮਨ ਅਰਜ ਤਾਂ ਇਹ ਪਈ ਹੈ ਨਾ ਵੀ ਇਹ ਸਮਾਜ ਦੇ ਵਿੱਚ ਕੋਈ ਗੰਦ ਨਾ ਪਾਓ, ਗਲਤ ਗੱਲਾਂ ਨਾ ਪਾਓ, ਹੋ ਰਹੀਆਂ ਸਟਰਕਚਰ ਇਹੋ ਜਿਹੇ ਉਸਰ ਗਏ ਅਤੇ ਕਿਤੇ ਲੋਕਾਂ ਦਾ ਪਾਓ ਨਹੀਂ ਪੈਂਦਾ ਬਿਲਕੁਲ। ਪਰ ਇਹ ਦਿੱਲੀ ਦੀ ਜਿਹੜੀ ਸਾਰੀ ਹੈਗੀ ਹੈ ਵੋਟਰ ਉਹ ਇੱਕ ਵੱਖਰੀ ਕਿਸਮ ਦਾ, ਵੱਖ ਵੱਖ ਥਾਵਾਂ ਤੋਂ ਆਇਆ ਹੋਇਆ, ਜਿਸ ਕਿਸਮ ਦੀ ਉਹ ਜ਼ਿੰਦਗੀ ਜਿਉਂ ਰਿਹਾ ਅਤੇ ਉਹਦੇ ਵਿੱਚ ਉਹਨੂੰ ਉਹਦੇ ਮਤਲਬ ਇਹ ਹੈ। ਦੂਜੀ ਗੱਲ, ਉਹਨਾਂ ਨੇ ਇੱਕ ਲੰਮੇ ਚਿਰ 'ਚੋਂ ਕੇਜਰੀਵਾਲ ਨਾਲ ਆਪਦੇ ਆਪ ਨੂੰ ਆਈਡੈਂਟੀਫਾਈ ਕਰ ਲਿਆ ਸੀ ਵੀ ਇਹ ਸਾਡੇ ਖਾਤਰ ਲੜਨ ਵਾਲਾ ਬੰਦਾ, ਉਹਦੇ ਨਾਲ ਪੈਰ ਪੈਰ 'ਤੇ ਵਧੀਕੀ ਹੋਈ ਹੈ, ਜਿਵੇਂ ਉਹਦੀ ਸਰਕਾਰ ਤੋੜੀ ਗਈ ਲੋਕ ਤਾਂ ਇਹ ਕਹਿੰਦੇ ਨਾ ਭੱਜ ਗਿਆ, ਉਹਦੀ ਜਿਹੋ ਜਿਹੀ ਹਾਲਤ ਬਣਾਤੀ ਸੀਗੀ ਜੋ ਸਿਚੁਏਸ਼ਨ ਕ੍ਰੀਏਟ ਕਰਤੀ ਸੀ ਉਹਦੇ 'ਚ ਉਹਨੂੰ ਅਸਤੀਫਾ ਦੇਣਾ ਪਿਆ, ਅਤੇ ਲੋਕ ਉਹ ਸੀਨ ਨਹੀਂ ਭੁੱਲੇ ਆਖਰੀ ਦਿਨ ਵਾਲਾ ਜਿਹੜਾ ਅਸੈਂਬਲੀ ਦੇ ਵਿੱਚ ਇਸ ਕਿਸਮ ਦੀ ਜਿੰਨਾ ਖਰੂਦ ਕੀਤਾ ਬੀਜੇਪੀ ਨੇ ਅਤੇ ਅਕਾਲੀ ਜਿਹੜੇ ਮੰਜੇ ਦਸੂ ਸਿਰਸਾ ਅਰਗੇ ਸੀਗੇ, ਉਹ ਵੀ ਲੱਗਿਆ ਵੀ ਲੋਕਾਂ ਨੂੰ ਇੱਕ ਵਧੀਕੀ ਹੋ ਰਹੀ ਹੈ। ਫਿਰ ਜਿਵੇਂ ਉਹਦੇ ਖਿਲਾਫ ਜਿੰਨੀ ਨੈਗੇਟਿਵ ਕੰਪੇਨ ਚਲਾਈ ਗਈ ਜਿਵੇਂ ਇਹਨੂੰ ਟਾਰਗੇਟ ਕੀਤਾ ਗਿਆ, ਸੋ ਇਹ ਲੱਗਿਆ ਵੀ ਇਹ ਬਹੁਤ ਜ਼ਿਆਦਤੀ ਕਰ ਰਹੇ, ਅਤੇ ਇੱਕ ਬੰਦੇ ਦੀ ਜਿਹੜੀ ਹੈਗੀ ਹੈ ਜਾਂ ਇੱਕ ਮਨੁੱਖ ਦੇ ਵਿੱਚ ਇਹ ਗੱਲ ਹੈਗੀ ਹੈ ਵੀ ਉਹ ਬਾਈ ਨੇਚਰ ਜ਼ਿਆਦਤੀ ਵਾਲਾ ਉਹਦੇ ਖਿਲਾਫ ਵੀ ਉਹਦੇ ਖਿਲਾਫ ਹੈ, ਉਹ ਕਦੋਂ ਉਹਦੀ ਜਾਗਦੀ ਹੈ ਤਰੰਗ ਕਿਹੜੀ ਗੱਲ ਨਾਲ ਜੁੜ ਕੇ, ਬਸ ਗੱਲ ਇਹ ਦੇਖਣ ਵਾਲੀ ਹੁੰਦੀ ਹੈ। ਇੱਥੇ ਲੋਕਾਂ ਨੇ ਕਿਉਂਕਿ ਆਪਦੇ ਆਪ ਨੂੰ ਆਈਡੈਂਟੀਫਾਈ ਕਰ ਲਿਆ ਉਹਦੇ ਨਾਲ ਕੇਜਰੀਵਾਲ ਨਾਲ, ਅਤੇ ਜਿੰਨੀ ਇਹ ਕੇਜਰੀਵਾਲ ਨਾਲ ਵਧੀਕੀ ਕਰੀ ਗਏ ਉਨੀਆਂ ਉਹਦੀਆਂ ਵੋਟਾਂ ਮਲਟੀਪਲਾਈ ਹੋਈ ਗਈਆਂ। ਸੋ ਇਹ ਵੀ ਲੋਕ ਇਨਸਾਫ ਚਾਹੁੰਦੇ ਆ ਅਤੇ ਉਹ ਇੱਕ ਉਹਦਾ ਕੋਈ ਕੰਟੈਕਸਟ ਬਣਦਾ ਕਿਸੇ ਮੌਕੇ। ਹੁਣ ਅਸੀਂ ਕਹੀਏ ਵੀ ਸਿੱਖਾਂ ਨਾਲ ਮੈਂ ਵੀ ਇਸ ਗੱਲ ਦੇ ਉੱਪਰ ਹੀ ਆਉਣਾ ਚਾਹੁੰਦਾ ਸੀਗਾ ਵੀ ਪੰਜਾਬ ਦੇ ਮਾਮਲੇ 'ਚ, ਖਾਸ ਕਰਕੇ ਸਿੱਖਾਂ ਦੇ ਮਾਮਲੇ ਦੇ ਵਿੱਚ, ਕਿਉਂਕਿ ਹੁਣ ਬਹੁਤ ਤਰ੍ਹਾਂ ਦੀਆਂ ਉਮੀਦਾਂ ਜਾਂ ਲੋਕਾਂ ਨੂੰ ਮਤਲਬ ਪੰਥਕ ਧਿਰਾਂ ਦੇ ਵਿੱਚ ਵੀ ਇਹ ਗੱਲ ਲੱਗਣ ਲੱਗ ਗਈ ਹੈ ਸਿੱਖਾਂ ਦੇ ਮਾਮਲੇ ਦੀ ਵੀ ਤੁਸੀਂ ਗੱਲ ਕਰ ਰਹੇ ਹੋ ਵੀ ਇਹਦੇ ਬਾਰੇ ਦੇ ਵਿੱਚ। ਹਾਂਜੀ,
ਸਿੱਖਾਂ ਦੇ ਵਿੱਚ ਮਤਲਬ ਮੈਂ ਵੀ ਦੇਖਿਆ ਕੁਛ ਬੰਦਿਆਂ ਦੇ ਮਨ 'ਚ ਜਿਵੇਂ ਗੱਲਾਂ ਕੁਛ ਕਰ ਰਹੇ ਨੇ, ਅਤੇ ਕਿਉਂਕਿ ਸਿੱਖਾਂ ਨਾਲ ਲੰਮੇ ਚਿਰ ਤੋਂ ਵਧੀਕੀ ਹੁੰਦੀ ਆ ਰਹੀ ਹੈ, ਬੇਇਨਸਾਫ਼ੀ ਹੁੰਦੀ ਆ ਰਹੀ ਹੈ, ਅਤੇ ਉਹਨਾਂ ਨੂੰ ਲਗਾਤਾਰ ਇੱਕ ਜਿਵੇਂ ਇੱਕ ਮਿਰਗ ਤ੍ਰਿਸ਼ਨਾ ਨਹੀਂ ਹੁੰਦੀ ਵੀ ਇਸੇ ਸਿਸਟਮ ਦੇ ਅੰਦਰ ਸਾਨੂੰ ਇਨਸਾਫ਼ ਮਿਲ ਜਾਵੇ, ਅਤੇ ਇਨਸਾਫ਼ ਬਾਰੇ ਵੀ ਕੁਛ ਹੱਦ ਤੱਕ ਜਿਹੜਾ ਨਜ਼ਰੀਆ ਹੈ ਉਹ ਕਾਫ਼ੀ ਡਿਸਟੋਰਟ ਹੋ ਗਿਆ। ਹੁੰਦਾ ਕੀ ਹੈ ਵੀ ਤੁਸੀਂ ਆਪਣੀਆਂ ਕੁਛ ਹੱਕੀ ਮੰਗਾਂ ਨੂੰ ਲੈ ਕੇ, ਮਸਲਿਆਂ ਨੂੰ ਲੈ ਕੇ ਜਿਹੜੇ ਤੁਹਾਡੀ ਐਗਜਿਸਟੈਂਸ ਨਾਲ ਜੁੜੇ ਹੁੰਦੇ ਉਹਨੂੰ ਲੈ ਕੇ ਤੁਸੀਂ ਸੰਘਰਸ਼ ਕਰਦੇ ਹੋ, ਉਦੋਂ ਬਾਅਦ ਤੁਹਾਡੇ 'ਤੇ ਹਕੂਮਤ ਤਸ਼ੱਦਦ ਕਰਦੀ ਹੈ। ਹੌਲੀ ਹੌਲੀ ਕੀ ਹੁੰਦਾ ਵੀ ਸਾਰਾ ਮਸਲਾ ਜੋ ਤਸ਼ੱਦਦ ਕਾਰਨ ਤੁਹਾਡੇ ਨਾਲ ਬੇਇਨਸਾਫ਼ੀ ਹੋ ਗਈ, ਤੁਹਾਡੇ ਉਸੇ 'ਤੇ ਕੇਂਦਰਿਤ ਹੋ ਜਾਂਦਾ, ਹਾਂ ਵੀ ਸਾਨੂੰ ਉਹ ਇਨਸਾਫ਼ ਮਿਲੇ। ਅਤੇ ਇਹ ਵਿਕਟਿਮ ਧਿਰ ਨਾਲ ਮਤਲਬ ਜਿਹੜਾ ਇਹ ਇਨਸਾਫ਼ ਦਾ ਮਾਮਲਾ ਹੈਗਾ ਇਸ ਨੂੰ ਪੋਲੀਟੀਕਲ ਜਸਟਿਸ ਨਾਲ ਟੁੱਟ ਜਾਂਦਾ ਹੈ ਹੌਲੀ ਹੌਲੀ। ਇਹ ਵੀ ਇੱਕ ਟੈਕਟਿਕਸ ਹੁੰਦਾ ਉਹਨਾਂ ਦਾ ਫਿਰ ਵੀ ਸਾਰੀ ਗੱਲ ਫੋਕਸ ਕਰ ਦਿਓ ਵੀ ਜੋ ਇਹਨਾਂ ਨਾਲ ਸਟੇਟ ਵੱਲੋਂ ਵਧੀਕੀ ਹੋਈ ਸਟਰੱਗਲ ਦੌਰਾਨ, ਸਟਰੱਗਲ ਕਾਹਦੇ ਵਾਸਤੇ ਸੀ, ਉਹਦੇ ਪਿੱਛੇ ਕਿਹੜੇ ਕਾਰਨ, ਹਾਂ ਉਹ ਇਸ਼ੂ ਅੱਖਾਂ ਤੋਂ ਹੌਲੀ ਹੌਲੀ ਆਪੇ ਓਝਲ ਹੋ ਜਾਂਦੇ ਹਨ। ਈਵਨ ਲੜਨ ਵਾਲੀ ਧਿਰ 'ਚੋਂ ਹੀ ਮਤਲਬ ਹੌਲੀ ਹੌਲੀ ਉਹ ਚੇਤਨਾ ਗਾਇਬ ਹੋ ਰਿਹਾ ਕਾਫ਼ੀ ਹੱਦ, ਹਾਂ ਅਤੇ ਉਹ ਫਿਰ ਉਹਤੇ ਉਹਨੂੰ ਕਰ ਲੈਂਦੇ। ਸੋ ਸਿੱਖਾਂ ਦੇ ਵਿੱਚ ਇਸ ਮੌਕੇ ਦੇ ਉੱਤੇ ਜਿਹੜੀ ਜ਼ਿਆਦਾ ਭਾਰੂ ਅਹਿਸਾਸ ਬਣਿਆ ਪਿਆ ਜਾਂ ਸੋਚ ਉਹ ਇਹ ਬਣੀ ਹੈ ਵੀ ਸਾਡੇ ਨਾਲ ਇੰਨੇ ਚਿਰ ਤੋਂ ਲਗਾਤਾਰ ਬੇਇਨਸਾਫ਼ੀ ਹੁੰਦੀ ਆ ਰਹੀ ਹੈ ਅਤੇ ਸਾਨੂੰ ਹੁਣ ਇੱਥੇ ਜੇ ਇਨਸਾਫ਼ ਮਿਲ ਜਾਵੇ। ਉਹਦੇ 'ਚ ਮੇਰਾ ਖਿਆਲ ਹੈ ਜਿਹੜੀ ਜਿਹੜੀ ਆਪ ਦੀ ਜਿੱਤ ਹੋਈ ਹੈ ਦਿੱਲੀ 'ਚ, ਇਹਦੇ 'ਚ ਦੋ ਕਿਸਮ ਦੀ ਸੋਚ ਉੱਭਰੂਗੀ ਸਿੱਖਾਂ ਨੂੰ। ਇੱਕ ਤਾਂ ਜਿਹੜਾ ਆਮ ਸਿੱਖ ਵਰਗ ਹੈ ਉਹਨੂੰ ਆਪ ਬਾਰੇ ਇਹ ਬਣਿਆ ਕਿਉਂਕਿ ਦਿੱਲੀ ਦੇ ਵਿੱਚ ਜਿਵੇਂ ਉਹਨਾਂ ਨੇ ਸਿੱਖਾਂ ਦੇ ਮਸਲੇ ਚੁੱਕੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਗੱਲ, ਅਤੇ ਜਾਂ ਜਨਰਲੀ ਬਣਿਆ ਵੀ ਇਹ ਬੰਦੇ ਇਨਸਾਫ਼ ਪਸੰਦ, ਅਤੇ ਜੇ ਇਹ ਤਾਕਤ ਦੇ ਵਿੱਚ ਆਉਣਗੇ ਤਾਂ ਸਾਨੂੰ ਇਨਸਾਫ਼ ਮਿਲ ਜੂਗਾ। ਇੱਕ ਤਾਂ ਇਸ ਰੂਪ ਦੇ ਵਿੱਚ ਵੀ ਜੇ ਅੱਜ ਇੱਥੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਆ ਜਾਵੇ ਸਿੱਖਾਂ ਦੇ ਮਾੜੇ ਦਿਨ ਖਤਮ ਹੋ ਜਾਣਗੇ ਅਤੇ ਇਹਨਾਂ ਵਾਸਤੇ ਚੰਗੇ ਦਿਨ ਆ ਜਾਣਗੇ। ਦੂਜੀ ਗੱਲ ਜਿਹੜੀਆਂ ਪੋਲੀਟੀਕਲ ਫੋਰਸ ਆ ਸਿੱਖਾਂ ਦੇ ਵਿੱਚ ਪੰਥਕ ਧਿਰਾਂ ਜਿਹਨੂੰ ਅਸੀਂ ਕਹਿੰਦੇ ਹਾਂ ਰੈਡੀਕਲ ਸੋਚ ਵਾਲੀਆਂ ਜਿਹੜੀਆਂ ਲੰਮੇ ਚਿਰ ਤੋਂ ਮਤਲਬ ਇਸ ਗੱਲ ਵਾਸਤੇ ਯਤਨਸ਼ੀਲ ਕਿ ਕਿਸੇ ਤਰ੍ਹਾਂ ਸਾਨੂੰ ਇਸ ਇਲੈਕਟਰਲ ਪੋਲੀਟਿਕਸ ਦੇ ਵਿੱਚ ਸਪੇਸ ਮਿਲ ਜਾਵੇ, ਕੋਈ ਰਿਸਪੈਕਟੇਬਲ ਸਾਡੀ ਕੋਈ ਜਗ੍ਹਾ ਬਣੇ, ਸਾਡੀ ਕੋਈ ਥਾਂ ਬਣੇ, ਉਹਨਾਂ ਦੇ ਸਾਰੇ ਯਤਨ ਕਿਤੇ ਵੀ ਹੁਣ ਤੱਕ ਕਾਮਯਾਬ ਨਹੀਂ ਹੋ ਰਹੇ। ਸੋ ਇਸ ਜਿੱਤ ਤੋਂ ਬਾਅਦ ਉਹਨਾਂ ਵਿੱਚ ਇੱਕ ਨਵੀਂ ਆਸ ਜਾਗੀ ਹੈ ਵੀ ਜੇ ਅਸੀਂ ਕੁਛ ਗੱਲਾਂ ਇਹਨਾਂ ਤੋਂ ਸਿੱਖ ਲਈਏ ਜਿਵੇਂ ਇਹਨਾਂ ਨੇ ਕੀਤਾ, ਕੁਛ ਹੱਦ ਤੱਕ ਜੇ ਅਸੀਂ ਉਸ ਤਰ੍ਹਾਂ ਕਰੀਏ ਤਾਂ ਸਾਨੂੰ ਵੀ ਮਤਲਬ ਵੋਟ ਮਿਲ ਸਕਦੀ ਹੈ, ਭਾਵੇਂ ਜਾਂ ਆਪ ਦੇ ਨਾਲ ਮਿਲ ਕੇ ਇਹਦੇ ਨਾਲ ਕੋਈ ਐਡਜਸਟਮੈਂਟ ਕਰਕੇ, ਮਤਲਬ ਇਸ ਤਰ੍ਹਾਂ ਦੀਆਂ ਕਈ ਇਹ ਕਹਿ ਲਓ ਵੀ ਸਟਰੈਂਥ ਕਈ ਤਰ੍ਹਾਂ ਸੋਚ ਦੀਆਂ ਸਿੱਖਾਂ ਦੇ ਵਿੱਚ ਇਸ ਮੌਕੇ ਚੱਲ ਰਹੀ ਹੈ। ਸੋ ਮੈਨੂੰ ਲੱਗਦਾ ਕਿ ਇਹਦੇ ਬਾਰੇ ਸਾਨੂੰ ਇੱਕ ਸਹੀ ਨਜ਼ਰੀਆ ਅਪਣਾਉਣ ਦੀ ਲੋੜ ਹੈ ਵੀ ਇਹ ਸਾਰੀਆਂ ਗੱਲਾਂ ਨੂੰ ਕਿਸ ਪਰਸਪੈਕਟਿਵ 'ਚ ਰੱਖ ਕੇ ਦੇਖਣਾ। ਇੱਕ ਤਾਂ ਜਿਹੜੀ ਗੱਲ ਹੈਗੀ ਕਿ ਜੇ ਆਪ ਦੀ ਪੰਜਾਬ 'ਚ ਸਰਕਾਰ ਆ ਜਾਂਦੀ ਹੈ ਤਾਂ ਸਿੱਖਾਂ ਵਾਸਤੇ ਇਹ ਚੰਗੀ ਗੱਲ ਹੋਊਗੀ, ਇਹ ਗੱਲ ਕਹੀ ਜਾ ਸਕਦੀ ਹੈ, ਭਾਵੇਂ ਸਿੱਖਾਂ ਦੀਆਂ ਜਿਹੜੀਆਂ ਬੁਨਿਆਦੀ ਗੱਲਾਂ ਪਈਆਂ ਉਹ ਆਪ ਦੇ ਕਿਸੇ ਪ੍ਰੋਗਰਾਮ ਦੇ ਵਿੱਚ ਨਹੀਂ, ਉਹਨਾਂ ਦਾ ਜੋ ਸਾਰਾ ਇੱਕ ਸਿਧਾਂਤਕ ਫਰੇਮਵਰਕ ਹੈ ਕਿਉਂਕਿ ਉਹ ਰਾਸ਼ਟਰਵਾਦ ਦੇ ਘੇਰੇ ਅੰਦਰ ਹੀ ਵਿਚਰ ਰਹੀ ਤਾਕਤ ਹੈ, ਭਾਰਤੀ ਰਾਸ਼ਟਰਵਾਦ ਦੇ ਭਾਰਤ ਮਾਤਾ ਵਾਲੇ ਨੇ, ਇਸ ਕਰਕੇ ਜਿਹੜੀ ਸਿੱਖਾਂ ਦੀ ਬੁਨਿਆਦੀ ਮੰਗ ਹੈ ਕਿ ਜਿਹੜੀ ਸੋਵਰੈਨਿਟੀ ਅਤੇ ਆਇਡੈਂਟੀ ਦੀ ਉਹ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਸਾਨੂੰ ਕਿਸੇ ਵੀ ਸੂਰਤ 'ਚ ਵੀ ਆਪ ਉਸ ਨੂੰ ਕਿਸੇ ਮੌਕੇ ਉਹਦੀ ਕੋਈ ਮਦਦ ਕਰ ਸਕੇ ਜਾਂ ਤੁਹਾਡੀ ਮੰਗ ਪੂਰੀ ਕਰ ਸਕੇ। ਇਹ ਪਰ ਜੇ ਆਪ ਆ ਜਾਂਦੀ ਹੈ ਤਾਂ ਸਾਨੂੰ ਕੁਛ ਪੋਲੀਟੀਕਲ ਕੰਡਿਊਸਿਵ ਮਾਹੌਲ ਮਿਲ ਸਕਦਾ ਹੁਣ ਦੇ ਮੁਕਾਬਲੇ, ਜਿਹਦੇ 'ਚ ਅਸੀਂ ਆਪਣੀ ਸਟਰੱਗਲ ਨੂੰ ਹੋਰ ਅੱਗੇ ਲਿਜਾ ਸਕਦੇ ਹਾਂ, ਹਾਲਤਾਂ ਸਾਨੂੰ ਇੱਦੋਂ ਬੈਟਰ ਮਿਲ ਸਕਦੀਆਂ। ਅਤੇ ਪੋਲੀਟਿਕਸ 'ਚ ਇਹ ਗੱਲਾਂ ਵੀ ਸਾਨੂੰ ਕਈ ਵਾਰ ਸੋਚਣੀਆਂ ਪੈਂਦੀਆਂ ਹੁੰਦੀਆਂ, ਸਿਰਫ ਇਹ ਨਹੀਂ ਕਿ ਜੋ ਸਾਡਾ ਅੰਤਮ ਨਿਸ਼ਾਨਾ ਹੈ ਬਸ ਉਸੇ 'ਤੇ ਗੱਲ ਫੋਕਸ ਰਹੇ, ਵੀ ਉਹ ਅੰਤਮ ਨਿਸ਼ਾਨਾ ਹਾਸਲ ਕਰਨ ਵਾਸਤੇ ਸਾਜਗਾਰ ਪੋਲੀਟੀਕਲ ਹਾਲਤਾਂ ਸਾਨੂੰ ਕਿਹੋ ਜਿਹੀਆਂ ਮਿਲ ਸਕਦੀਆਂ, ਇਹ ਪੱਖ ਵੀ ਲਗਾਤਾਰ ਸਾਡੀ ਪੋਲੀਟੀਕਲ ਜਿਹੜੀ ਹੈਗੀ ਆ ਕੰਸਿਡਰੇਸ਼ਨ ਮੌਕੇ 'ਤੇ ਮੌਕੇ 'ਤੇ ਉਹਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ। ਇਸ ਪੱਖੋਂ ਦੇਖਿਆ ਜੇ ਪੰਜਾਬ ਦੇ ਵਿੱਚ ਆਪ ਆਉਂਦੀ ਹੈ ਤਾਂ ਆਮ ਤੌਰ 'ਤੇ ਪੰਜਾਬ ਦਾ ਵੀ ਅਤੇ ਸਿੱਖਾਂ ਦਾ ਵੀ ਉਹਨੂੰ ਕਾਫ਼ੀ ਹੱਦ ਤੱਕ ਸਹਾਈ ਹੋਊਗੀ ਕੁਛ ਨਾ ਕੁਛ ਉਹਦੇ ਠੀਕ ਹੱਲ ਦੇਣ ਵਾਸਤੇ, ਹਾਲਾਂਕਿ ਉਸ ਤੋਂ ਬਾਅਦ ਫਿਰ ਸਟਰੱਗਲ ਹੋਣੀ ਹੈ। ਠੀਕ, ਦੂਜੀ ਗੱਲ ਜਿਹੜੀਆਂ ਪੰਥਕ ਧਿਰਾਂ ਦੀ ਗੱਲ ਹੈ ਵੀ ਜੇ ਪੰਥਕ ਜੇ ਜਿਵੇਂ ਆਪ ਨੂੰ ਵੋਟ ਮਿਲ ਗਈ ਉਵੇਂ ਪੰਥਕ ਧਿਰਾਂ ਨੂੰ ਵੋਟ ਮਿਲ ਜੂ,
ਬਹੁਤ ਬੰਦਿਆਂ ਨੂੰ ਲੱਗ ਰਿਹਾ ਕਿ ਜੋ ਕਰ ਸਕਦੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ, ਵੀ ਥੋੜੀ ਜਿਹੀ ਹਿੰਮਤ ਮਾਰਨ ਦੀ ਜ਼ਰੂਰਤ ਹੈ ਸਿਰਫ, ਮਤਲਬ ਜਿਵੇਂ ਪਹਿਲਾਂ ਥੋੜ੍ਹਾ ਉਹਨਾਂ ਦੇ ਦਿਲ ਢਹਿ ਗਏ ਸੀਗੇ, ਮਤਲਬ ਮਜੂਸੀ ਜੀ ਆ ਗਈ ਸੀ ਅਤੇ ਉਹ ਹੁਣ ਉਹਨਾਂ ਨੂੰ ਲੱਗਿਆ ਵੀ ਨਹੀਂ ਇਹ ਕੀਤਾ ਜਾ ਸਕਦਾ। ਉਹਦੇ 'ਚ ਮੇਰਾ ਖਿਆਲ ਹੈ ਕਿ ਅਸਲ ਦੇ ਵਿੱਚ ਉਹਨਾਂ ਨੂੰ ਬੁਨਿਆਦੀ ਜਿਹੜੀ ਗੱਲ ਹੈ ਵੀ ਜੋ ਆਪ ਦੀ ਪੋਲੀਟਿਕਸ ਹੈ ਅਤੇ ਜੋ ਪੰਥਕ ਪੋਲੀਟਿਕਸ ਹੈ ਇਹਨਾਂ ਦੋਹਾਂ ਦੇ ਵਿੱਚ ਕਿੱਡਾ ਵੱਡਾ ਬੁਨਿਆਦੀ ਅੰਤਰ ਹੈ, ਬਹੁਤ ਵੱਡਾ ਪਾਟਾ। ਹਾਂ, ਉਹਦਾ ਉਹਨਾਂ ਨੂੰ ਪਤਾ। ਉਹਨਾਂ ਨੂੰ ਇਹ ਹੈ ਵੀ ਜਿਵੇਂ ਕੇਜਰੀਵਾਲ ਲੋਕਾਂ ਕੋਲ ਗਿਆ, ਘਰ ਘਰ ਗਿਆ, ਉਹਨਾਂ ਨੂੰ ਗੱਲ ਸਮਝਾਈ ਅਤੇ ਲੋਕਾਂ ਨੇ ਉਹਨੂੰ ਵੋਟ ਪਾ ਦਿੱਤੀ, ਅਤੇ ਇਸ ਤਰ੍ਹਾਂ ਜੇ ਅਸੀਂ ਵੀ ਜਾਈਏ, ਮਤਲਬ ਇਹ ਬਹੁਤ ਸਿੰਪਲੀਫਾਈ ਕਰਕੇ ਦੇਖਣਾ ਪੋਲੀਟਿਕਸ ਨੂੰ, ਜ਼ਿਆਦਾ ਹੀ ਸਰਲ ਬਣਾ ਕੇ ਇਸ ਤਰ੍ਹਾਂ ਕੀਤਾ ਜਾਵੇ, ਇਹ ਬੜੀ ਮਕੈਨੀਕਲ ਜੀ ਥਿੰਕਿੰਗ ਹੈ। ਇਸ ਤਰ੍ਹਾਂ ਗੱਲ, ਕਿਉਂਕਿ ਕੇਜਰੀਵਾਲ ਦੀ ਪੋਲੀਟਿਕਸ ਕੀ ਹੈ, ਕੇਜਰੀਵਾਲ ਦੀ ਪੋਲੀਟਿਕਸ ਜਿਹੜੀ ਹੈ ਉਹ ਇੰਡੀਅਨ ਨੇਸ਼ਨ ਸਟੇਟ ਅਤੇ ਇੰਡੀਅਨ ਨੈਸ਼ਨਲਿਜ਼ਮ ਉਹਦੇ ਕਨਸੈਪਚੁਅਲ ਫਰੇਮਵਰਕ ਦੇ ਅੰਦਰ ਹੀ ਜਿਹੜੀ ਉਹਨੂੰ ਖਰਾਬੀ ਆ ਰਹੀ ਉਹਦੇ 'ਤੇ ਬਹੁਤ ਸਪੋਰਟ ਮਿਲ ਜਾਂਦੀ ਹੈ ਲੋਕਾਂ ਦੀ, ਕਿਉਂਕਿ ਕੌਣ ਨਹੀਂ ਚਾਹੂਗਾ ਵੀ ਸਾਡਾ ਸਿਸਟਮ ਠੀਕ ਤਰ੍ਹਾਂ ਚੱਲੇ ਅਤੇ ਭਾਰਤ ਮਹਾਨ ਬਣੇ, ਹੈ ਅਲਟੀਮੇਟਲੀ ਭਾਰਤ ਨੂੰ ਮਹਾਨ ਬਣਾਉਣ ਵਾਲਾ। ਸੋ ਇਸ ਕਰਕੇ ਉਹਨੂੰ ਸਾਰੇ ਵਰਗਾਂ ਵੱਲੋਂ, ਹਿੰਦੂ ਵਰਗਾਂ ਵੱਲੋਂ ਤਾਂ ਮਿਲਣੀ ਹੈ, ਈਵਨ ਜਿਹੜੇ ਮਨਿਓਰਟੀ ਜਾਂ ਹਿੰਦੂਆਈਜ਼ ਹੋ ਚੁੱਕੇ ਹਿੱਸੇ ਹੈ ਜਾਂ ਜਿਹਨਾਂ ਜਿਹੜੇ ਨੈਸ਼ਨਲਿਜ਼ਮ ਦੇ ਪ੍ਰਭਾਵ ਹੇਠ ਆ ਚੁੱਕੇ ਨੇ, ਹਿੰਦੂਆਈਜੇਸ਼ਨ ਅਤੇ ਨੈਸ਼ਨਲਿਜ਼ਮ ਦਾ ਪ੍ਰਭਾਵ ਇਹਦੇ 'ਚ ਇੱਕ ਥਿਨ ਲਾਈਨ ਹੀ ਹੈ। ਬਿਲਕੁਲ, ਹਾਂਜੀ। ਅਤੇ ਜਦੋਂ ਬੰਦਾ ਭਾਰਤੀ ਰਾਸ਼ਟਰਵਾਦ ਦੇ ਪ੍ਰਭਾਵ ਹੇਠ ਆਊਗਾ ਉਹਦਾ ਹਿੰਦੂਆਈਜੇਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ। ਇਹ ਦੋਵੇਂ ਗੱਲਾਂ ਇੱਕ ਦੂਜੇ ਨੂੰ ਕੰਟਰੀਬਿਊਟ ਕਰਦੀਆਂ। ਸੋ ਮਨਿਓਰਟੀ ਦੇ ਵਿੱਚੋਂ ਬਹੁਤ ਵੱਡੇ ਸੈਕਸ਼ਨ ਮੁਸਲਮਾਨਾਂ 'ਚ ਵੀ ਹੈ, ਈਸਾਈਆਂ 'ਚ ਵੀ ਹੈ ਅਤੇ ਸਿੱਖਾਂ 'ਚ ਵੀ ਹੈ, ਅਤੇ ਦਿੱਲੀ ਦੇ ਸਿੱਖਾਂ 'ਚ ਖਾਸ ਕਰਕੇ, ਅਤੇ ਈਵਨ ਪੰਜਾਬ 'ਚ ਵੀ ਬਹੁਤ ਵੱਡਾ ਹਿੱਸਾ ਜਿਹਦਾ ਰਾਸ਼ਟਰੀਕਰਨ ਹੋ ਚੁੱਕਿਆ ਹੈ। ਰਾਸ਼ਟਰੀਕਰਨ ਅਤੇ ਉਸ ਹਿਸਾਬ 'ਚ ਹਿੰਦੂਕਰਨ ਵੀ ਹੋ ਗਿਆ ਉਹਨਾਂ ਦਾ। ਸੋ ਉਹ ਸਾਰੇ ਹਿੱਸਿਆਂ ਵੱਲੋਂ ਕੇਜਰੀਵਾਲ ਨੂੰ ਜਾਂ ਆਪ ਨੂੰ ਸਪੋਰਟ ਮਿਲਦੀ ਹੈ। ਹੁਣ ਜਿਹੜੀ ਸਾਡੀ ਪੰਥਕ ਪੋਲੀਟਿਕਸ ਨੂੰ ਪੰਥਕ ਰਾਜਨੀਤੀ ਅਸੀਂ ਕਹਿੰਦੇ ਹਾਂ, ਉਹਨੂੰ ਸਿਰਫ ਇਹ ਕਹੋ ਵੀ ਅਸੀਂ ਹੁਣ ਖਾਲਿਸਤਾਨ ਨਹੀਂ, ਕਈ ਬੰਦੇ ਇਸ ਭੁਲੇਖੇ 'ਚ ਮਤਲਬ ਇੱਕ ਆ ਜਾਂਦੇ ਨੇ ਵੀ ਜੇ ਅਸੀਂ ਖਾਲਿਸਤਾਨ ਤੋਂ ਹੇਠਾਂ ਉਤਰੇ ਆਈਏ ਫਿਰ ਸਾਨੂੰ ਸਪੋਰਟ ਮਿਲੇਗੀ। ਮਤਲਬ ਇਹ ਗੱਲ ਬੜੀ ਗਲਤ ਧਾਰਨਾ ਹੈ, ਇਹ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਹੀ ਹੈ। ਇਹ ਵੀ ਗੱਲ ਤੁਹਾਡੀ ਜਿਹੜੀ ਸਪਿਰਿਟ ਜੇ ਪਿੱਛੇ ਸੋਵਰੈਂਟੀ ਦੀ ਪਈ ਹੈ, ਤੁਸੀਂ ਉਹਨੂੰ ਲਫ਼ਜ਼ ਜੋ ਮਰਜ਼ੀ ਦੇ ਦਿਓ, ਅਤੇ ਇਸ ਕਰਕੇ ਇਹ ਉਹ ਦੇਖੋ ਵੀ ਉਸ ਨੂੰ ਤੁਹਾਡੀ ਜਿਹੜੀ ਪੋਲੀਟਿਕਸ ਹੈ ਉਹਦਾ ਸਕੋਪ ਕਿੰਨਾ ਕੁ ਹੈ, ਪੋਟੈਂਸ਼ੀਅਲ ਕਿੰਨਾ ਕੁ ਹੈ, ਕਿਹੜੇ ਵਰਗ ਨੇ ਜਿਹੜੇ ਉਹਨੂੰ ਸਪੋਰਟ ਕਰਨਗੇ। ਪੰਜਾਬ 'ਚ ਹੀ ਤੁਸੀਂ ਲਾ ਲਓ ਵੀ ਹਿੰਦੂ ਵਰਗ ਇਸ ਨੂੰ ਸਪੋਰਟ ਕਰ ਸਕਦਾ ਕਿਤੇ ਕਿਸੇ ਵੀ ਸੂਰਤ, ਤੁਸੀਂ ਕਿੰਨੇ ਵੀ ਸਾਊ ਬਣ ਕੇ ਪੇਸ਼ ਹੋ, ਜਾਂ ਤਾਂ ਬਾਦਲ ਬਣ ਜਾਓ ਬਿਲਕੁਲ ਵੀ ਤੁਸੀਂ ਉਹਦੇ ਨਾਲ ਕੋਲੈਬਰੇਟ ਕਰਕੇ ਚੱਲੋ, ਹਿੰਦੂ ਨਾਲ ਆਪਦਾ ਸਾਰੇ ਏਜੰਡੇ ਛੱਡ ਦਿਓ ਅਤੇ ਪੰਥਕ ਹਿੱਤਾਂ ਨੂੰ ਪੰਥਕ ਸੰਸਥਾਵਾਂ ਨੂੰ ਤਬਾਹ ਕਰ ਦਿਓ, ਫਿਰ ਵੀ ਉਹ ਪੂਰਾ ਯਕੀਨ ਨਹੀਂ ਕਰੂ, ਟੈਕਟੀਕਲ ਅੰਡਰਸਟੈਂਡਿੰਗ ਜਿਵੇਂ ਬਾਦਲ ਦੇ ਮਾਮਲੇ 'ਚ ਹੋਇਆ, ਜਦੋਂ ਮਰਜ਼ੀ ਉਹਨਾਂ ਨੂੰ ਲੋੜ ਲੱਗੂਗੀ ਉਹ ਪਾਸੇ ਲਾ ਕੇ ਸੁੱਟ ਦੇਣਗੇ। ਸੋ ਇੱਕ ਤਾਂ ਇਹ ਗੱਲ ਹੈ ਮਤਲਬ ਵੀ ਸਾਨੂੰ ਹਿੰਦੂ ਵਰਗ ਵੱਲੋਂ ਇਹ ਉਮੀਦ ਛੱਡ ਦਿਓ ਵੀ ਆਪਦੀ ਪੰਥਕ ਰਾਜਨੀਤੀ ਨੂੰ ਜਿੰਨਾ ਮਰਜ਼ੀ ਉਹ 'ਚ ਪਾਣੀ ਪਾ ਕੇ ਪਤਲਾ ਕਰ ਲਓ, ਉਹਦਾ ਕੋਈ ਬਹੁਤਾ ਫਰਕ ਨਹੀਂ ਪੈਣਾ। ਦੂਜੀ ਗੱਲ ਹੋਰ ਤੁਸੀਂ ਬਾਕੀ ਸੈਕਸ਼ਨ ਲਾ ਲਓ, ਸਿੱਖਾਂ ਦਾ ਕਿੰਨਾ ਹਿੱਸਾ ਜਿਹੜਾ ਉਹਦਾ ਉਹ ਨੈਸ਼ਨਲਿਜ਼ਮ ਦੇ ਉਹ ਇੰਟੈਗਰੇਟ ਹੋ ਚੁੱਕੇ ਇੰਡੀਅਨ ਸਿਸਟਮ ਦੇ ਨਾਲ। ਸੋ ਮੈਨੂੰ ਲੱਗਦਾ ਕਿ ਜਿਹੜੀ ਮੇਨ ਪ੍ਰੋਬਲਮ ਇਹ ਹੈ ਕਿ ਰੀਅਲਿਜ਼ਮ ਹੈ ਨਹੀਂ ਸਾਡੇ ਬੰਦਿਆਂ 'ਚ, ਜਿਹੜੀਆਂ ਪੰਥਕ ਧਿਰਾਂ ਉਹਨਾਂ ਦੀਆਂ ਜਿਹੜੀਆਂ ਆਪਦੀਆਂ ਸਬਜੈਕਟਿਵ ਵਿਸ਼ਿਜ਼ ਨੇ ਜੋ ਉਹ ਚਾਹੁੰਦੇ ਨੇ, ਕੰਤਰਮੁਖੀ ਭਾਵਨਾਵਾਂ ਹੈ ਉਹਨਾਂ ਦੇ ਵਿੱਚੋਂ, ਮਤਲਬ ਉਹ ਕਿਤੇ ਇੱਕ ਆਪਦਾ ਇਹ ਬਣਾਈ ਬੈਠੇ ਨੇ ਸੈਲਫ ਪਰਸੈਪਸ਼ਨ ਵੀ ਲੋਕਾਂ ਦਾ ਬਹੁਤ ਵੱਡਾ ਹਿੱਸਾ ਚਾਹੁੰਦਾ ਹੈ, ਸਿਰਫ ਉਹ ਜਬਰ ਤੋਂ ਡਰਦਾ ਜਾਂ ਸਰਕਾਰ ਨਾਲ ਕੁਛ ਲਾਹੇ ਲੈਣ ਵਾਸਤੇ ਕੰਮਾਂ ਕਰਕੇ ਲਾਲਚਾਂ ਕਰਕੇ ਜੁੜਿਆ ਹੋਇਆ, ਜੇ ਇੱਕ ਵਾਰੇ ਟੁੱਟ ਜੇ ਤਾਂ ਇੱਕਦਮ ਜਿਹੜੀ ਸਾਰੀ ਕੌਮ ਹੈ ਉਹ ਖਾਲਿਸਤਾਨ ਦੇ ਜਾਂ ਸਾਡੀ ਉਹ ਪੰਥਕ ਰਾਜਨੀਤੀ ਦੇ ਪੱਖ ਜਾਣੀ, ਮਤਲਬ ਇਹ ਮੇਰੇ ਮੁਤਾਬਕ ਖੁਸ਼ ਰਹਿੰਦੀ ਹੈ। ਇਹ ਡਿਸਟੋਰਸ਼ਨ ਆ ਚੁੱਕੀ ਹੈ ਸਿੱਖ ਦੀ ਸੋਚ ਦੇ ਅੰਦਰ, ਇਹ ਇੱਕ ਲੰਮਾ ਪ੍ਰੋਸੈਸ ਹੈ ਅਤੇ ਬੜਾ ਹੀ ਪ੍ਰੋਟ੍ਰੈਕਟਿਡ ਹੈ, ਵਿਖੜਾ ਪੈਂਦਾ ਹੈ, ਟੇਢਾ ਮੇਢਾ, ਬੜਾ ਜ਼ੋਰ ਲੱਗੂ ਇਹ 'ਤੇ ਵੀ ਸਾਰੇ ਉਹ ਸੋਚ ਅੰਦਰ ਪਏ ਬਲ ਕਿਵੇਂ ਕੱਢਣੇ, ਇਹ 'ਤੇ ਮਤਲਬ ਪੂਰਾ ਇੱਕ ਇੰਟਲੈਕਚੁਅਲ ਲੈਵਲ 'ਤੇ ਵੀ ਬੌਧਿਕ ਲੈਵਲ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਪਈ ਹੈ। ਦੂਜੀ ਗੱਲ ਧਾਰਮਿਕ ਖੇਤਰ ਦੇ ਵਿੱਚ,
ਵੀ ਧਾਰਮਿਕ ਤੌਰ 'ਤੇ ਸਿੱਖ ਜਿੰਨਾ ਕਮਜ਼ੋਰ ਹੋ ਚੁੱਕਿਆ, ਜਿੰਨਾ ਪਤਨ ਆ ਚੁੱਕਿਆ, ਸੋ ਧਾਰਮਿਕ ਫਰੰਟ ਦੇ ਉੱਤੇ ਵੀ ਐਕਚੁਅਲੀ ਜਦੋਂ ਬੌਧਕ ਜੋ ਹੈਗਾ ਅਸੀਂ ਕਹਿੰਦੇ ਹਾਂ ਬੌਧਕ ਚੇਤਨਾ ਲੋਕ ਸਿੱਖ ਚੇਤਨਾ ਉਹ ਧਰਮ ਨਾਲ ਟੁੱਟ ਕੇ ਨਹੀਂ ਆਉਂਦੀ। ਅਸੀਂ ਲੋਕਾਂ ਨੂੰ ਸਿਧਾਂਤ ਪੜ੍ਹਾਈ ਚੱਲੀਏ ਪੋਲੀਟੀਕਲ ਸਾਇੰਸ ਦਾ ਜਾਂ ਹੋਰ ਉਹਦੇ ਨਾਲ, ਜਿਹੜਾ ਅੰਦਰ ਸਿੱਖ ਜਜ਼ਬਾ ਪ੍ਰਫੁੱਲਿਤ ਹੋਣਾ ਧਾਰਮਿਕ, ਜਿੰਨਾ ਚਿਰ ਉਹ ਨਹੀਂ ਪ੍ਰਫੁੱਲਿਤ ਹੁੰਦਾ ਉਹਨਾਂ ਚਿਰ ਉਹ ਦੀ ਸਹੀ ਸਿੱਖ ਚੇਤਨਾ ਨਹੀਂ ਆ ਸਕਦੀ। ਸੋ ਸਾਰੀਆਂ ਪੰਥਕ ਧਿਰਾਂ ਦਾ ਦੁਖਾਂਤ ਇਹ ਹੈ ਵੀ ਉਹਨਾਂ ਨੇ ਪਿਛਲੇ 30 ਸਾਲਾਂ 'ਚ ਨਾ ਇਹ ਕੰਮ ਕੀਤਾ, ਦੋਨੋਂ ਨਾ ਗਿਆਨਕਾਰੀ ਦੇ ਖੇਤਰ 'ਚ ਨਾ ਧਰਮ ਦੇ ਖੇਤਰ 'ਚ, ਸਿੱਧਾ ਪੋਲੀਟਿਕਸ ਦੇ ਵਿੱਚ ਜਿਵੇਂ ਸਤਾ ਦਿੰਦੀ ਹੈ ਵੀ ਸਮ ਹਾਓ ਅਸੀਂ ਸਤਾ 'ਚ ਆ ਜਾਈਏ। ਐਕਸਪੈਕਟੇਸ਼ਨ ਵੀ ਇੱਦਾਂ ਹੀ ਨੇ, ਬਾਹਰ ਬੈਠਾ ਬਹੁਤ ਵੱਡਾ ਹਿੱਸਾ ਜਿਹੜਾ ਹੈ ਸਿੱਖ ਦਰਦ ਨੂੰ ਪਛਾਣਦਾ ਜਾਂ ਉਹਨਾਂ ਦੀ ਵੀ ਇਸੇ ਪਾਸੇ ਨੂੰ ਹੀ ਜ਼ਿਆਦਾ ਤਰਜੀਹ ਹੁੰਦੀ ਹੈ। ਬਾਹਰਲਿਆਂ ਦੀ ਤਾਂ ਬਹੁਤ ਜ਼ਿਆਦਾ ਇਸ ਗੱਲ ਕਰ, ਉਹਨਾਂ ਨੂੰ ਤਾਂ ਇਹ ਲੱਗਦਾ ਵੀ ਕਿਵੇਂ ਨਾ ਕਿਵੇਂ ਛੇਤੀ ਇਹ ਜਿਹੜੀਆਂ ਹੈਗੀਆਂ ਪੰਥਕਤਾ ਧਿਰਾਂ ਸਾਡੀਆਂ ਵੀ ਇਹ ਕਿਸੇ ਨਾ ਕਿਸ ਤਰ੍ਹਾਂ, ਬਹੁਤ ਬੰਦਿਆਂ ਨੂੰ ਇਹ ਲੱਗਣ ਲੱਗ ਗਿਆ ਵੀ ਜਿੱਦਾਂ ਹੁਣ ਕੇਜਰੀਵਾਲ ਹੋਣਾ ਦਾ ਹੋ ਗਿਆ ਵੀ ਇੱਦਾਂ ਹੀ ਹੋ ਜਾਣਾ ਬੰਦੇ ਨਹੀਂ। ਇਹਦੇ ਨਾਲ ਤਾਂ ਇੱਕਦਮ ਮਤਲਬ ਜਿਵੇਂ ਹੁੰਦਾ ਨਾ ਵੀ ਕਾਲੇ ਪੈ ਜਾਂਦੇ ਨੇ, ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਜਿੱਥੇ ਹੌਸਲਾ ਜ਼ਰੂਰ ਲੈਣਾ ਚਾਹੀਦਾ ਕਿ ਚੇਂਜ ਪੋਸੀਬਲ ਹੈ, ਕੋਈ ਸਿਸਟਮ ਕਿੱਡਾ ਵੀ ਤਕੜਾ ਕਿਉਂ ਨਾ ਹੋਵੇ, ਕੋਈ ਲਹਿਰ ਕਿੱਡੀ ਵੀ ਤਕੜੀ ਕਿਉਂ ਨਾ ਹੋਵੇ, ਉਸਨੂੰ ਭਾਂਜ ਦਿੱਤੀ ਜਾ ਸਕਦੀ ਹੈ ਪਰ ਰੀਅਲਿਸਟਿਕ ਹੋਵੇ, ਕਿਸੇ ਭੁਲੇਖਿਆਂ ਦਾ ਸ਼ਿਕਾਰ ਹੋਵੇ। ਸੋ ਇਹ ਜਿਹੜਾ ਸਾਡੇ ਪੰਥਕ ਵਰਗ ਨੇ ਈਵਨ ਬਾਹਰ ਬੈਠੇ ਵੀ ਉਹ ਇੱਕ ਆਪਦੇ ਭਰਮ ਚੇਤਨਾ ਦੇ ਸੰਸਾਰ 'ਚ ਵਿਚਰ ਰਹੇ ਨੇ, ਇੱਕ ਸ਼ੈਲ ਜਿਹਾ ਕ੍ਰੀਏਟ ਕਰ ਲਿਆ, ਉਹ ਤੋਂ ਬਾਹਰ ਨਿਕਲ ਕੇ ਰਿਐਲਿਟੀ ਨੂੰ ਜੋ ਦੇਖਣਾ ਅਤੇ ਰਿਐਲਿਟੀ 'ਤੇ ਫਿਰ ਐਕਟ ਕਰਨਾ ਕਿ ਇਹਨੂੰ ਹੁਣ ਕਿਵੇਂ ਬਦਲੀਏ, ਮਤਲਬ ਕਾਲੇ ਨੇ ਸ਼ੋਰਟਕੱਟ ਰਸਤਾ ਪਾ ਦਿੱਤੇ। ਸੋ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਇੱਕ ਸਾਨੂੰ ਇਹਦੇ ਬਾਰੇ ਬੜਾ ਸੰਤੁਲਿਤ ਜੀ ਪਹੁੰਚ ਅਪਣਾਉਣੀ ਚਾਹੀਦੀ ਹੈ ਵੀ ਇਹਨੂੰ ਇਹ ਵੀ ਨਹੀਂ ਵੀ ਯਾਰ ਇਹ ਸਾਡੇ ਵਾਸਤੇ ਘਟਦਾ ਕੋਈ ਮੀਨਿੰਗ ਨਹੀਂ, ਇਹ ਗੱਲ ਵੀ ਗਲਤ ਹੈ, ਬੜਾ ਵੱਡਾ ਮੀਨਿੰਗ ਹੈ, ਪਰ ਇਹ ਵੀ ਨਹੀਂ ਵੀ ਹੁਣ ਬਸ ਸਿੱਧਾ ਇੰਨ ਬਿੰਨ ਲਾਗੂ ਕਰਦੇ ਵੀ ਹੁਣ ਬਸ ਸਾਨੂੰ ਇਹ ਵੀ ਹਲਾਂ ਹਾਂ ਮਿਲ ਗਈ ਸਿੱਧੀ। ਇਹ ਆਖਰੀ ਨੁਕਤਾ ਜਿਹੜਾ ਸਾਨੂੰ ਮਤਲਬ ਜਿੱਥੇ ਧਿਆਨ ਦੇਣ ਦੀ ਲੋੜ, ਹਾਂਜੀ, ਵੀ ਜਿੱਥੇ ਸਾਨੂੰ ਪੰਜਾਬ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਜੇ ਉਹ ਮਜ਼ਬੂਤ ਹੁੰਦੀ ਹੈ ਉਹਦਾ ਆਭਾਰ ਬਣਦਾ, ਇੱਕ ਪੱਖੋਂ ਉੱਥੇ ਖੁਸ਼ ਹੋਣਾ ਚਾਹੀਦਾ ਅਤੇ ਉਹਦਾ ਸਵਾਗਤ ਵੀ ਕਰਨਾ ਚਾਹੀਦਾ, ਤਾਂ ਕਿ ਕਿਉਂਕਿ ਸਾਡੇ ਵਾਸਤੇ ਕੁਛ ਨਵੇਂ ਮੌਕੇ ਕੁਛ ਨਵੇਂ ਰਾਹ ਖੁੱਲ੍ਹ ਸਕਦੇ, ਉਹ ਸਹਾਈ ਹੋਣਗੇ, ਪਰ ਜਿਹੋ ਜਿਹੀ ਪੋਲੀਟਿਕਸ ਹੈ ਆਪਦੀ ਉਹਦੇ 'ਚ ਸਾਨੂੰ ਆਪਦੀ ਜਿਹੜੀ ਪੰਥਕ ਧਿਰ ਨੂੰ ਮਜ਼ਬੂਤ ਕਰਨਾ, ਪੰਥਕ ਧਿਰ ਨੂੰ ਮਜ਼ਬੂਤ ਕਰਨਾ ਸਿਰਫ ਇਹ ਨਹੀਂ ਜਿਵੇਂ ਐਬਸਟ੍ਰੈਕਟ ਹੁਣ ਪ੍ਰਾਪੇਗੰਡਾ ਨਾਅਰੇ ਚੱਲ ਰਹੇ ਵੀ ਜਿਹੜੀ ਸਮਾਜਿਕ ਅਤੇ ਰਾਜਸੀ ਮਸਲਿਆਂ ਨੂੰ ਲੈ ਕੇ ਲਾਮਬੰਦੀ ਕਰਨੀ ਸਿੱਖ ਕੌਮ ਦੀ ਅਤੇ ਸਿੱਖ ਕੌਮ ਨੂੰ ਜਥੇਬੰਦ ਕਰਨਾ, ਜੇ ਅਸੀਂ ਉਹ ਕੰਮ ਨਾ ਕੀਤਾ ਤਾਂ ਸਾਡਾ ਸਾਰਾ ਸਪੇਸ ਆਪ ਫੇਰ ਲੈ ਜੂ ਅਤੇ ਫਿਰ ਪਤਾ ਨਹੀਂ ਸਾਨੂੰ ਕਿੰਨੇ ਸਾਲ ਉਹੀ ਲੜਾਈ ਫੇਰ ਮੁੜ ਕੇ ਆਪ ਦੇ ਖਿਲਾਫ਼ ਲੜਨੀ ਪਵੇ। ਜਿਹੜਾ ਇੱਕ ਸਾਜ਼ਗਾਰ ਮਾਹੌਲ ਬਣ ਰਿਹਾ ਉਹ ਜੇ ਆਪ ਦਾ ਉਹਨਾਂ ਨਹੀਂ ਮਤਲਬ ਜੇ ਅਸੀਂ ਉਹਦਾ ਕੋਈ ਬਲਾਹਾ ਨਹੀਂ ਲਵਾਂਗੇ ਤਾਂ ਆਪ ਨੇ ਤਾਂ ਲੈਣਾ ਹੀ, ਕੋਈ ਵੀ ਲਓ ਹਰ ਪੋਲੀਟੀਕਲ ਧਿਰ ਨੇ ਉਸ ਹਾਲਾਤ ਦੇ ਵਿੱਚ ਉਹ ਖੱਟਣਾ ਹੁੰਦਾ। ਸੋ ਮੇਰਾ ਮੈਨੂੰ ਲੱਗਦਾ ਹੈ ਕਿ ਸਾਡੀਆਂ ਜਿਹੜੀਆਂ ਪੰਥਕ ਧਿਰਾਂ ਉਹਨਾਂ ਨੂੰ ਬਜਾਏ ਇਹਦੇ ਕਿ ਕੋਈ ਰਾਜਸੀ ਜੁਗਾੜ ਖੜ੍ਹੇ ਕਰਕੇ ਫਟਾਫਟ ਚੋਣ ਮੈਦਾਨ ਦੇ ਵਿੱਚ ਛਾਲ ਮਾਰ ਦੇਣੀ ਜਾਂ 17 ਵਾਲੀ ਚੋਣ ਨੂੰ ਮੁੱਖ ਰੱਖ ਕੇ ਉਹ ਸਰਗਰਮੀਆਂ ਕਰਨੀਆਂ, ਇਹਦੀ ਬਜਾਏ ਜਿਹੜੇ ਸਾਡੇ ਰਾਜ ਸਮਾਜਿਕ ਅਤੇ ਧਾਰਮਿਕ ਮੁੱਦੇ ਉਹਨਾਂ 'ਤੇ ਲੈ ਕੇ ਪੰਥ ਦੀ ਲਾਮਬੰਦੀ ਕਰਨੀ ਚਾਹੀਦੀ ਹੈ, ਉਸ ਲਾਮਬੰਦੀ 'ਚੋਂ ਪੰਥ ਦੇ ਵਿੱਚ ਚੇਤਨਾ ਆਊ, ਉਹਦੇ ਵਿੱਚੋਂ ਪੰਥਕ ਜਿਹੜੀ ਰਾਜਨੀਤੀ ਦਾ ਜਿਹੜਾ ਸਰੂਪ ਹੈ ਉਸ ਸਵੱਛ ਅਤੇ ਸੋਹਰ ਜਾਂ ਮਜ਼ਬੂਤ ਬੁਨਿਆਦ ਜੋ ਉਭਰੂਗਾ, ਨਹੀਂ ਇੰਨੀ ਕੱਚੀ ਬੁਨਿਆਦ ਦੇ ਉੱਤੇ ਅਸੀਂ ਕੁਛ ਨਹੀਂ ਕਰ ਸਕਦੇ। ਠੀਕ ਹੈ ਸਰਦਾਰ ਅਜਮੇਰ ਸਿੰਘ ਜੀ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।